ਇੱਕ ਗੱਲ ਕਹਾਂ, ਜਦੋਂ ਵੀ ਉੱਠਣਾ ਨਾ ਤਾਂ ਆਪਣੇ ਦਮ ਪਰ ਉੱਠਣਾ, ਕਿਸੇ ਦੂਜੇ ਦੇ ਸਿਰ ਪਰ ਉੱਠਣ ਦੀ ਕੋਸ਼ਿਸ਼ ਨਾ ਕਰੋ ਵੀ ਉਹ ਮੇਰੇ ਵਾਸਤੇ ਕਰੂਗਾ ਮੈਂ ਤਾਂ ਅੱਗੇ ਵਧੂ, ਉਹ ਮੇਰੇ ਵਾਸਤੇ ਕਰੂੰਗਾ ਵੀ ਤਾਂ ਮੈਂ ਅੱਗੇ ਵਧੂ, ਨਾ ਆਪਣੇ ਮੁੜਕੇ ਪਰ ਉੱਠੋ, ਆਪਣੇ ਆਪ ਸਰਦਾਰੀ ਕਰੋ, ਆਪ ਉੱਠੋ। ਜੇ ਕਹੂੰਗੇ ਮੇਰਾ ਫਲਾਣਾ ਤੂੰ ਕਰ ਤੁਮ, ਚਲੋ ਇਹ ਵੀਡੀਓ ਦੇ ਵਿੱਚ ਗੱਲਾਂ ਕਰਾਂਗੇ ਆਪਾਂ। ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ, ਅਤੇ ਅੱਜ ਦਾ ਆਪਣੇ ਜਿਹੜੇ ਟੌਪਿਕ ਹੈ ਵੀ ਆਪਣੇ ਬਲਬੂਤੇ ਪਰ ਉੱਠਣਾ, ਅਤੇ ਨਾਲੇ ਗੱਲਾਂ ਕਰਾਂਗੇ ਇੱਧਰ ਉੱਧਰ ਦੀਆਂ। ਅਤੇ ਕੱਲ੍ਹ ਵੀਡੀਓ ਪਾਈ ਹੋਈ ਜਿਹੜੀ ਕੱਲ੍ਹ ਵਾਲੀ, ਮੈਂ ਕਿਹਾ ਯਾਰ ਮੀਂਹ ਸਾਡੇ ਵੱਲ ਤਾਂ ਖੜਕਾ ਤੜਕਾ ਕਰਕੇ ਲੰਘ ਗਿਆ, ਕਹਿੰਦਾ ਵੀਰੇ ਹੌਂਸਲਾ ਰੱਖ ਮੀਂਹ ਆਊਗਾ। ਮੈਂ ਕਿਹਾ ਵੀ ਹੌਂਸਲਾ ਤਾਂ ਪੂਰਾ, ਮੀਂਹ ਆਵੇ, ਬਰਸਾਤਾਂ ਪੈਣ, ਚਾਰੇ ਪਾਸੇ ਜਿਹੜੀਆਂ ਆਹ ਮੋਟਰਾਂ ਚੱਲਦੀਆਂ ਹੁਣ, ਉਹ ਮੋਟਰ ਚੱਲਦੀ, ਉਹ ਮੋਟਰ ਚੱਲਦੀ ਆ, ਉਹ ਮੋਟਰ ਚੱਲਦੀ ਆ, ਸਾਰੀਆਂ ਮੋਟਰਾਂ ਬੰਦ ਹੋਣ। ਇੱਕ ਟੁੱਚੇ ਨੇ ਕਮੈਂਟ ਕਰਿਆ ਉਹਦਾ ਪਰ, ਕਹਿੰਦਾ ਤੂੰ ਤਾਂ ਕਹਿੰਦਾ ਕਿਸੇ ਮੀਂਹ ਆਵੇ ਹਾੜ ਆਵੇ ਫਿਰ ਤੈਨੂੰ ਵਿਊ ਆਉਣ। ਉਹ ਮੈਂ ਕਿਹਾ ਸਾਡਾ ਵੀ ਤਾਂ ਨੁਕਸਾਨ ਹੋਣਾ ਜੇ ਹਾੜ ਆਉਣਗੇ, ਆ ਮੋਟਰ ਪੂਰੀ ਪੂਰੀ ਭੱਜ ਭੱਜ ਗਈ, ਘੱਟੋ ਘੱਟ ਵੀ ਇੱਥੇ ਗੋਡੇ ਗੋਡੇ ਚੱਲਦਾ ਤਾਂ ਅੱਛੇ ਯਾਰ। ਮੈਂ ਕਿਆ ਹੋ ਗਿਆ, ਮੈਂ ਗੱਲ ਇਹ ਕਰੀ ਤੀ ਵੀ ਮੈਂ ਕਿਹਾ ਜਿਹੜੀਆਂ ਆਹ ਮੋਟਰਾਂ ਚੱਲਦੀਆਂ ਜੇ ਬਰਸਾਤਾਂ ਪੈ ਜਾਣ ਵੀ ਪਾਣੀ ਇੱਕ ਵਾਰ ਪੂਰਾ ਭਰ ਕੇ ਆ ਗਿਆ ਇੱਧਰੋਂ, ਐਂ ਚੱਲ ਕੇ ਨਿਕਲ ਗਿਆ ਵੀ ਜਿੰਨੀਆਂ ਵੀ ਆਹ ਮੋਟਰਾਂ ਚੱਲਦੀਆਂ ਨਾ ਆਹ ਸਾਰੀਆਂ ਬੰਦ ਹੋ ਜਾਣ, ਉਹ ਵੀ ਬੰਦ ਹੋ ਜਾਵੇ, ਉਹ ਵੀ ਬੰਦ ਹੋ ਜਾਵੇ। ਅਤੇ ਮੈਨੂੰ ਉਹਦੇ ਕਰਕੇ ਨਹੀਂ, ਹੜਾਂ ਕਰਕੇ ਵਿਊ ਆਉਣ ਫਲਾਣਾ ਲਾਏ ਯਾਰ, ਕਿੱਦਾਂ ਦੇ ਲੋਕ ਆ, ਹੈਰਾਨ ਆ ਮੈਂ ਨਾ ਲੋਕਾਂ ਦੇ ਯਾਰ। ਕੋਈ ਚੱਜ ਦਾ ਵੀਡੀਓ ਤਾਂ ਪਹਿਲਾਂ ਦੇਖ ਲਿਆ ਕਰੋ ਵੀ ਵੀਡੀਓ 'ਚ ਕਿਆ ਗੱਲ ਕਹੀ ਹੋਈ ਆ, ਕਿਆ ਨਹੀਂ ਕਹੀ ਹੋਈ ਆ, ਠੀਕ ਆ। ਅਤੇ ਓਏ ਅੰਬ ਖਾਣ ਜਾਣਾ ਬਾਈ, ਆ ਜਾਓ ਅੰਬ ਲਿਆਈਏ, ਕੋਈ ਚੋ ਲਿਫਾਫਾ ਲੈ ਲਾ ਯਾਰ, ਕੋਈ ਹੈਂ ਆ ਡੱਬਾ ਲੈ ਲਾ, ਹਾਂ ਆ ਡੱਬੇ 'ਚ ਪਾ ਲਿਆਉਂਗੇ, ਆ ਜਾ ਮੈਂ ਜਦ ਤੱਕ ਦੇਖਦਾ ਮੈਂ। ਲਾ ਭਾਈ ਹੁਣ ਅਸੀਂ ਅੰਬ ਲੈਣ ਚੱਲੇ, ਗੱਲ ਕਰੋ ਜਦੋਂ ਮੈਂ ਆਪਣੀ ਸ਼ੁਰੂਆਤ ਕਰੀ ਸੀ ਨਾ ਕੈਰੀਅਰ ਦੀ, ਬਾਹਰ ਗਿਆ ਮੈਂ, ਆਪਣੇ ਦਮ ਪਰ ਗਿਆ, ਦਮ ਪਰ ਨਹੀਂ ਪੈਸੇ ਬਾਪੂ ਦੇ ਸਿਰ ਪਰ ਗਿਆ ਮੈਂ ਵੀ ਹਾਂ ਭਾਈ ਉਹਨੇ ਪੈਸੇ ਲਾਏ, ਪਰ ਮੈਂ ਪੈਸੇ ਮੋੜਤੇ ਤੇ। ਉਸ ਤੋਂ ਬਾਅਦ ਨਹੀਂ ਬਾਹਰ ਗੱਲ ਬਣੀ, ਫਿਰ ਮੈਂ ਇੱਥੇ ਯੂਟਿਊਬ ਮੈਨੂੰ ਮਿਲ ਗਈ। ਪਹਿਲਾਂ ਵੀ ਬੜਾ ਬੜਾ ਸੰਘਰਸ਼ ਕਰਿਆ, ਮੈਂ ਇੱਕ ਬੰਦਾ ਸੀ ਮੇਰੇ ਨਾਲ, ਮੈਂ ਯਾਰ ਇਹ ਚੱਲੂਗਾ ਨਾਲ ਸਾਨੂੰ ਪ੍ਰਸਿੱਧੀ ਮਿਲੂ, ਬੜਾ ਜ਼ੋਰ ਲਾਇਆ, ਬੜਾ ਦਿਮਾਗ 'ਚ ਆਈਡੀਏ ਬਹੁਤ ਤੇ ਵੀ ਉਹ ਚੱਲੇ ਫਲਾਣਾ ਚੱਲੇ ਨਾ। ਪਰ ਇੱਥੇ ਆ ਕੇ ਜਦੋਂ ਮੈਂ ਯੂਟਿਊਬ ਆਪਣੇ ਦਮ ਪਰ ਆਪ ਚਲਾਈ ਹੈ ਨਾ, ਉਹਦਾ ਸਵਾਦ ਹੀ ਕੁਛ ਅਲੱਗ ਆ ਰਿਹਾ। ਤੁਹਾਨੂੰ ਮੈਂ ਇਹ ਕਹਿੰਦਾ ਜੇ ਉੱਡਣਾ ਤਾਂ ਆਪਣੇ ਸਿਰ ਪਰ ਉੱਡੋ, ਕਿਸੇ ਦੇ ਪਰ ਦਾ ਸਹਾਰਾ ਲੈ ਕੇ ਨਾ ਉੱਡੋ। ਕਈ ਵਾਰ ਕਹਿ ਦਿੰਦੇ ਨਾ ਵੀ ਯੂਟਿਊਬਰ ਵੀਰੇ ਐਂ ਕਰਦਾ, ਫਿਰ ਉਹਨਾਂ ਨੂੰ ਗੱਲ ਸਮਝਾਉਂਦਾ ਹੁੰਦਾ ਮੈਂ ਯਾਰ, ਕਦੇ ਨਾ ਕਦੇ ਫਿਰ ਤੂੰ ਮੈਨੂੰ ਯਾਦ ਕਰੀ ਗਏ ਕਰੂੰ, ਆਪਣੇ ਸਿਰ ਪਰ ਆਪ ਉੱਡ। ਕਿਆ ਚੀਜ਼ ਕੌਣ ਹੈ ਉਹ? ਮੇਰੇ ਵੀ ਅੱਜ ਕੌਣ ਹੈ ਨਾ, ਉੱਥੇ ਮੈਂ ਤੁਰਿਆ ਜਾਵਾਂ, ਮਲਕ ਦੇ ਆਇਆ ਇੱਥੋਂ, ਐਂ ਉੜ ਕੇ ਲੰਘ ਗਿਆ, ਫਿਰ ਮੈਂ ਨਾ ਐਂ ਜਾਈ ਹਾਂ ਮਾੜੇ ਟੀਰੀ ਅੱਖ ਨਾਲ ਦੇਖੇ ਜਾਵਾਂ, ਆਇਆ ਇੱਥੇ ਮੈਂ ਫੜੇ ਲੈਣਾ ਤਾ, ਕੋਟ ਤੇ ਐਂ ਗਿਆ ਉਹ, ਹਾਂ ਮੈਂ ਇੱਥੇ ਨਾ ਐਂ ਫੜ ਲੈਣਾ ਤਾ, ਮੈਂ ਦੇਖਦਾ ਰਿਹਾ ਨਾ ਪਿੱਛੇ ਨੂੰ ਲਾਇਆ ਨਾ ਟੀਰੀ ਅੱਖ ਨਾਲ, ਹੁਣ ਦੀ ਤੇਜ਼ ਜੀ ਹਵਾ ਜੀ ਆਊਗੀ ਮੇਰੇ ਕੋਲ, ਮੈਂ ਜਦੋਂ ਐਂ ਚੱਕ ਲੈਣਾ ਵਾਲੇ ਨੂੰ। ਦਰਖਤਾਂ ਨੂੰ ਵੀ ਖੁਸ਼ੀ ਹੁੰਦੀ ਵੀ ਯਾਰ ਸਾਨੂੰ ਵੀ ਕੋਈ ਤੋੜਨ ਆਇਆ, ਠੀਕ ਨੀ, ਇਹ ਵੀ ਕਹਿੰਦੇ ਮੈਨੂੰ ਹੁਣ ਕੋਈ ਆਉਂਦੇ ਨੀ ਹੈਗੇ, ਹੈ ਨੀ ਉਹ ਹੈਗੇ ਅੰਬ ਤਾਂ ਹੈਗੇ ਆ, ਚੜ੍ਹਨਾ ਪੈਣਾ ਉੱਪਰ ਇੱਕ ਵਾਰੀ। ਲੈ ਵੀ ਇੱਕ ਅੰਬੀ ਮਿਲ ਗਈ ਬਾਈ, ਦੋ ਮਿਲ ਗਈਆਂ ਬਾਈ,
ਸ਼ੁਰੂਆਤ ਹੋ ਗਈਆਂ, ਸ਼ੁਰੂਆਤਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਅੰਬਿਆਂ ਦੀਆਂ। ਇੱਕ ਉਹ ਗਰਿਆ ਪੱਧਰ ਤੰਨੇ ਉਹ ਪਈ ਇੱਕ ਵਿੱਚ ਹੈ ਤੰਨੇ ਉਹ ਪਈ ਕਿਤੇ ਇਹਦੇ ਪਿੱਛੇ, ਉਹ ਇਹਦੇ ਪਿੱਛੇ ਚੱਲ ਉਹ ਦਿਖਦੀ ਦਿਖਗੀ ਯਾਰ ਉਹ ਦੇ ਦਿਖਦੀ। ਹਾਂ ਚੱਕ ਹਾ ਪੱਕੀ ਪਈ ਹੈ ਨਾ ਹਾਲ ਤਾਂ ਜੇਬ 'ਚ ਪਲਾ ਹਾ ਲੈ ਵੀ ਤੁਹਾਨੂੰ ਚਾਰ ਕੰਬੀ ਤਾਂ ਮਿਲ ਗਈਆਂ, 2 ਕਿਲੋ ਤਾਂ ਚਾਹੀਦੀਆਂ। ਆਹ ਭਾਈ ਤੰਨੇ ਯਾਰ ਤੁਸੀਂ ਕਿਆ ਕਰਦੇ ਹੋ ਯਾਰ, ਤੁਹਾਨੂੰ ਕਿਆ ਕਿਆ ਚੀਜ਼ਾਂ ਦਿਖਾਈ ਜਾਵਾਂ ਲੈ ਹੁਣ ਸਾਰੇ ਮੈਂ ਹੀ ਚੱਕੀ ਜਾਵਾਂ ਵੜ ਕੇ ਚੱਕ ਯਾਰ ਵੜ ਕੇ ਮਿਲਿਆ ਤੰਨੇ ਇੱਕੋ ਵਿੱਚ ਗਰੀ ਪਈ ਹੈ ਪਾਣੀ ਦੇ ਖਰਾਬ ਆ ਦੂਰ ਪਾਸੇ ਹੈਂ ਖਰਾਬ ਹੈ ਅੱਛਾ ਗਲ ਗਈ ਹੋਣੀ ਵਿੱਚ ਪਈ ਪਈ। ਇਹ ਅੰਬ ਦੀ ਅੰਬੀ ਬਹੁਤ ਖੱਟੀ ਆ, ਚਾਰੂ ਅੰਬੀ ਹੈ ਇਹ ਇਹਦੀ ਨਾ ਬਹੁਤ ਖੱਟੀ ਅੰਬੀ ਹੁੰਦੀ ਹੈ। ਕਿੱਥੇ ਉਹ ਡੂਮਣਾ ਲੱਗਿਆ ਹੋਇਆ ਓਏ ਲੈ ਭਾਈ ਅੱਜ ਤੋਤੇ ਬੋਲਦੇ ਅੰਬੀਆਂ ਖਲਿਆਰੀਆਂ ਗਲਜਾਰੀਆਂ ਪਲਚਕਾਰੀਆਂ ਜਿੱਦਾਂ ਹੁਣ ਅੰਬ ਤੋੜਨ ਨੂੰ ਆਪ ਤੋੜਨਾ ਪੈਣਾ ਇਹ, ਜੇ ਕਹੂੰਗਾ ਮੈਨੂੰ ਉਹ ਬੰਦਾ ਤੋੜ ਕੇ ਦੇਵੇ ਉਹਨੇ ਕਹਿਣਾ ਨਾ ਮੈਂ ਲੱਤਾਂ ਥੋੜ੍ਹੀ ਤੋੜੇ, ਆਪ ਚੜ੍ਹਨਾ ਪੈਣਾ ਅੰਬ ਪਰ ਠੀਕ ਹੈ ਵੀ ਆਪਣੇ ਸਿਰ ਪਰ ਆਪ ਅੰਬੀਆਂ ਤੋੜੋ। ਹੁਣ ਇਹ ਥੋੜ੍ਹੀ ਮੈਨੂੰ ਤੰਨਾ ਤੋੜ ਕੇ ਖਿਲਾਊਗਾ, ਚੱਲ ਬਣਾ ਉਹ ਅਗਲੇ ਅੰਬ ਪਰ ਚੱਲਦੇ ਪਹਿਲਾਂ ਉਹ ਅੱਗੇ ਚੱਲ ਉਹਦੀਆਂ ਬਹੁਤ ਮਿੱਠੀਆਂ ਉਹਦੇ ਪੱਕੀਆਂ ਤੋਂ ਘੱਟੋ ਘੱਟ 10 ਅੰਬੇ ਪੱਕੀਆਂ ਮਿਲਣਗੀਆਂ ਉਹਦੀਆਂ ਸਾਨੂੰ। ਇਹਦੇ ਬਹੁਤ ਇਹਦੇ ਪਰ ਲੱਗੇ ਹੈ ਹੈਂ ਇਹਦਾ ਵੀ ਸਵੇਰੇ ਸਵੇਰੇ ਸੁਬਹਾ ਸੁਬਹਾ ਗੇੜਾ ਮਾਰ ਲੈਣਾ ਤਾਂ ਫਿਰ ਮਿਲ ਜਾਣੇ ਇਹਦੇ ਯਾਰ। ਭਾਈ ਜੀ ਬੈਠੇ ਨੇ ਬੱਲੇ ਭਾਈ ਜੀ ਦੇਖ ਲਓ ਭਾਈ ਜੀ ਤੁਸੀਂ ਕਦੇ ਨਹੀਂ ਬੁਲਾਉਂਦੇ ਹੈਗੇ ਵੀ ਆ ਕੇ ਭਾਈ ਆ ਜਾ ਜਸਵੀਰ ਆ ਕੇ ਅੰਬੀਆਂ ਖਾ ਲਾ ਸਾਡੇ ਕੋਲ, ਇਹ ਤੁਹਾਨੂੰ ਆਪੇ ਆਉਣਾ ਪਿਆ। ਹੋਰ ਭਾਈ ਜੀ ਤੂੰ ਅੰਬੀਆਂ ਖਾਂਦਾ ਨਹੀਂ? ਅੰਬੀਆਂ ਅਸੀਂ ਅੰਬੀਆਂ ਖਾਣ ਆਏ, ਕੱਲ ਵੀ ਖਾਧੀਆਂ ਮੈਂ ਨਹੀਂ ਕੱਲ ਖਾਧੀ, ਕੱਲ ਮੈਂ ਇੱਥੇ ਤੇ ਘੱਟੋ ਘੱਟ ਵੀ ਜ਼ਿਆਦਾ ਨਹੀਂ ਮੈਂ 1/2 ਕਿਲੋ ਅੰਬੀਆਂ ਲੈ ਗਿਆ ਹੁਣ ਥੱਲੇ ਜਿਹੜੇ ਥੱਲੇ ਚੁੱਕ ਕੇ, ਮੈਂ ਅੰਬ ਵੀ ਦੇਖਦੇ ਨੇ ਕੋਈ ਸਾਡੇ ਕੋਲ ਆਉਂਦਾ ਨਹੀਂ ਹੈਗਾ ਹੁਣ, ਪਹਿਲਾਂ ਜਿੱਦਾਂ ਝੱਟਾ ਕੋਈ ਵੀ ਨਹੀਂ ਆਉਂਦਾ ਹੈਗਾ। ਕੋਈ ਨਹੀਂ ਉਹ ਮੁੰਡਾ ਇੱਧਰ ਚੁੱਕ ਲੈਣੀ, ਕਿੰਨੀ ਚੁੱਕੀਆਂ ਤੁਸੀਂ ਪਹਿਲਾਂ? ਇਹ ਵੀ ਸਵਾਦ ਲੱਗਦੀ ਹੈ ਨਾ ਭਾਈ ਜੀ ਕਹਿੰਦੇ। ਭਾਈ ਜੀ ਕਿੱਦਾਂ ਖੁੱਲ੍ਹੀ ਡਿੱਗੀ ਇਹਦੀ? ਉਹ ਬੱਲੇ ਭਾਈ ਜੀ ਨਹੀਂ ਕਹਿੰਦੇ ਭਾਈ ਜੀ ਦੇ ਅਸੀਂ ਵੱਡੇ ਬੰਦੇ ਆ, ਦੇਖ ਲਾ ਭਾਈ ਕਹਿੰਦੇ ਖਾਣੇ ਖਾਣੇ ਵਾਲੇ ਪਰ ਲਿਖਿਆ ਦਾਣੇ ਦਾਣੇ ਵਾਲੇ ਦਾ ਨਾਮ ਹੈ। ਆਹ ਲਓ ਭਾਈ ਥੋੜ੍ਹਾ ਕੱਪੜਾ ਵਾਪਸ ਕਰਤਾ ਸੀ, ਆਹ ਲਓ ਜੀ ਕੱਪੜਾ ਥੋੜ੍ਹਾ ਵਾਪਸ ਚੱਲੇ ਬਸ ਹੁਣ ਹੁਣ ਤਾਂ ਤੋੜਨੀ ਨਹੀਂ ਹੈਗੀਆਂ, ਕੱਲ੍ਹ ਨੂੰ ਆਵਾਂਗੇ ਹੁਣ। ਉਹ ਨਹੀਂ ਭਾਈ ਫਿਰ ਉਹ ਜੇ ਥੱਲੇ ਮੁੜਕੇ ਵਾਲੀ ਚੱਕੀਆਂ ਜ਼ਿਆਦਾ ਵਧੀਆ ਰਹਿੰਦੀਆਂ, ਹਾਂ ਜਿਹੜੇ ਥੱਲੇ ਫਿਰ ਸਵਾਦ ਜਾਂਦੀ ਫਿਰ ਕੱਲ੍ਹ ਨੂੰ ਨਹੀਂ ਕਰਨੀਆਂ, ਫਿਰ ਕੱਲ੍ਹ ਨੂੰ ਮਾਰਾਂਗੇ ਜਿਹੜਾ। ਚਲੋ ਵੀ ਫਿਰ ਹੁਣ ਜਾ ਕੇ ਅੰਬੀਆਂ ਖਾਈਏ ਹੈਂ ਹੈਂਜੀ। ਉਹ ਚੱਲ ਉਹਨਾਂ ਨੇ ਵੀ ਖਾਣੀ ਆ ਭਾਅ ਜੀ, ਵੀ ਕਿਤੇ ਸਾਲ ਬਾਅਦ ਲੱਗਣੀਆਂ ਹੁੰਦੀਆਂ ਫਿਰ। ਹਾਂ ਨਾ ਭਾਅ ਜੀ ਇਹਦੀ ਜਿਹੜਾ ਅੰਬੀ ਪੱਕ ਜਾਂਦੀ ਨਾ ਅੰਬ ਦੀ ਫਿਰ ਤਾਂ ਬਹੁਤ ਮਿੱਠੀ ਹੁੰਦੀ ਆ, ਐਂ ਤਾਂ ਨਹੀਂ ਹੈ? ਹਾਂ ਉਹ ਥੋੜ੍ਹੀ ਜਿਹੀ ਲਹਿਰੀ ਜਿਹੀ ਗਿਰ ਜਾ ਫਿਰ ਖੱਟੀ ਹੁੰਦੀ ਆ। ਅੰਬ ਤਾਂ ਬਹੁਤ ਆਪਣੇ ਅੰਬ ਨਾ ਮੁੱਕਣੇ ਖਾਣੇ ਆਪਣੇ, ਤੁਸੀਂ ਆਪਣੇ ਹਾਜ਼ਮੇ ਤਿਆਰ ਰੱਖੋ, ਅੰਬ ਬਹੁਤ ਆ। ਉਹ ਕਹਿੰਦਾ ਹਲੂਣਾ ਦੇ ਲਈਏ ਪਰ ਉਹ ਰਹਿਣ ਦਾ ਬਹੁਤ ਆ, ਇੰਨੀਆਂ ਕੁ ਬਹੁਤ ਆ ਇੱਧਰ ਇਹਦੇ ਵਿੱਚ ਦੇਖਣਾ ਹੋਰ ਕੋਈ ਗਰੀ ਹੁੰਦੀ ਵਿੱਚ। ਚਲੋ ਵੀ ਚੱਲੀਏ ਫਿਰ, ਸ਼ੁਕਰੀਆ ਭਾਅ ਜੀ।
ਇਹ ਹੈਗਾ ਯਾਰ ਜੇ ਆਪਾਂ ਹੁਣ ਜਿੱਦਾਂ ਭਾਈ ਜੀ ਪਹਿਲੇ ਟਾਈਮ 'ਚ ਆ ਗਏ ਨਾ ਤਾਂ ਪਹਿਲੇ ਟਾਈਮ 'ਚ ਗੇੜਾ ਮਾਰ ਜਾਵੇ ਨਾ ਬੰਦਾ ਸਵੇਰੇ ਸਵੇਰੇ ਆ ਕੇ ਜੇ ਜਿੱਦਾਂ ਆਪਾਂ ਆਈ ਆਏ ਤਾਂ ਫਿਰ ਅੰਬੀਆਂ ਵਾਧੂ ਹੁੰਦੀਆਂ ਪਹਿਲੇ ਟਾਈਮ ਦੇ ਵਿੱਚ। ਚੁੱਕੋ ਵੀ ਚੁੱਕੋ, ਵਿੱਚ ਵਿੱਚ ਸਾਡਾ ਲਾਈਵ ਕੱਟ ਹੋ ਰਿਹਾ ਅੱਜ, ਖਰਾਬ ਹੈ। ਤੋਤੇ ਨੇ ਖਾਧੀਆਂ ਹੋਈਆਂ ਵਿੱਚ ਨਾ, ਉਹ ਵੀ ਹੈਗੀਆਂ ਵਿੱਚ ਤੇਰਾ, ਕੀ ਕਹਿੰਦਾ ਆ ਵੀ ਠੀਕ ਹੈ ਯਾਰ, ਆਹ ਤੋਤੇ ਬੰਨੇ ਠੀਕ ਹੈ ਯਾਰ ਇਹ। ਆ ਤੂੰ ਥੋੜ੍ਹੇ ਜਿਹੇ ਨੂੰ ਕਰ ਦੇਣਾ ਕੱਟ ਕੇ ਨਾ, ਤੈਨੇ ਪਾ ਲਾ ਵੀ ਯਾਰ, ਕੁਛ ਨਹੀਂ ਵਿਗੜਿਆ ਇਹਦਾ, ਕੁਛ ਨਹੀਂ ਵਿਗੜਿਆ ਇਹਦਾ ਯਾਰ। ਅੱਛਾ ਉਹ ਕੋਈ ਨਹੀਂ, ਕੱਲ ਨੂੰ ਆ ਜਾਂਗੇ ਆਪਾਂ, ਹੁਣ ਥੋੜ੍ਹੀਆਂ 2 ਕਿਲੋ ਮਰਨਾ, ਹੁਣ ਖਾਲੀ ਟੱਟੀਆਂ ਲਾਉਣੀਆਂ। ਇੱਧਰ ਮੱਖੀਆਂ ਲੱਗਿਆ ਹੋਇਆ, ਡੂੰਬਣਾ ਲੱਗਿਆ ਹੋਇਆ। ਇੱਕ ਹੁਣ ਗਿਰੀ ਤਾਜ਼ੀ ਅੰਬੀ, ਉਹ ਆਹ ਦੇਖੋ ਤੁਸੀਂ ਕਿਆ ਕਰਦੇ ਹੈ ਯਾਰ, ਆਹ ਉੱਧਰ ਚੱਕੋ ਅੰਬੀਆਂ, ਫੜੋ ਆ ਜਾਓ, ਆ ਜਾ ਇੱਧਰ ਲੈ, ਫੜ ਕਿੰਨੀਆਂ ਅੰਬੀਆਂ ਮਿਲ ਗਈਆਂ ਮੈਨੂੰ, ਆ ਦੇਖ ਆਲਾ ਫੜੋ, ਆਲਾ ਫੜ। ਕਿਆ ਤੁਸੀਂ ਬੂਥੀ ਚੱਕੀ ਉੱਪਰ ਨੂੰ ਯਾਰ, ਪਹਾੜੀ ਡੁੰਬਣਾ ਉੱਪਰ ਉੱਪਰ, ਇੰਨਾ ਇੰਨਾ ਵੀ ਨਹੀਂ ਹੈ, ਨੇੜੇ ਦੇਖਦਾ ਸੀ ਹੋਰ ਵੀ ਹੈਗੀਆਂ ਦੇ। ਚਲੋ ਬਹੁਤ ਜ਼ਿਆਦਾ ਲਾਲਚ ਵੀ ਨਾ ਕਰੋ ਹੁਣ, ਰਿੰਕੂ ਕਹਿੰਦਾ ਆਪਣੀ ਕਹਿੰਦਾ ਰਨਿੰਗ ਚੈੱਕ ਕਰੀ, ਜਿਹੜੀ ਉਹ ਭੱਜਣਾ ਹੁੰਦਾ ਨਾ, ਜਿਹੜਾ ਡਰ ਕੇ ਬੰਦਾ ਭੱਜ ਲਊ ਕੋਈ ਚੀਜ਼ ਮੇਰੇ ਮਗਰ ਪੈ ਗਈ, ਉਹ ਜਿਹੜੀ ਸਪੀਡ ਆ, ਮੈਂ ਕਹਿੰਦਾ ਊਂ ਕਿਸੇ ਨਾ ਬੰਦਾ ਭੱਜ ਲੂੰਗਾ ਮੈਂ, ਉਹ ਦੁੱਗਣੀ ਹੋ ਜਾਂਦੀ ਆ ਡਰ ਨਾਲ। ਓਹੋ ਆਸ ਨਹੀਂ ਤੀ ਹੈਗੀ। ਲਓ ਭਾਈ ਗਏ ਆ ਤਾਂ ਮਿਲ ਗਈਆਂ, 2.5-3 ਕਿਲੋ ਅੰਬ ਆ ਗਏ, 2.5-3 ਕਿਲੋ ਅੰਬ ਆ ਗਏ, ਠੀਕ ਹੈ ਭਾਈ ਜੀ। ਕਹਿੰਦੇ ਸਾਡੇ ਘਰਾਂ ਵੀ ਨਹੀਂ ਕੋਈ ਖਾਂਦਾ ਹੈਗਾ, ਪਰ ਅੱਜ ਕੱਲ੍ਹ ਮੈਂ ਚੀਜ਼ ਦੇਖੀ ਆ ਬਹੁਤ ਚੀਜ਼ਾਂ ਘੱਟ ਗਈਆਂ ਯਾਰ, ਹੈ ਨਾ। ਜਿੱਦਾਂ ਪਹਿਲਾਂ ਯਾਰ ਪੂਰੀ ਬਾਲਟੀ ਬਾਲਟੀ ਭਰ ਕੇ ਖਾ ਜਾਂਦੇ ਤੇ ਆਪਾਂ, ਪਰ ਹੁਣ ਉਹ ਚੀਜ਼ਾਂ ਜੀ ਖਤਮ ਹੋ ਗਈਆਂ। ਦੇਖੋ ਅਸੀਂ ਸੰਘਰਸ਼ ਕੀਤਾ, ਸਾਨੂੰ ਚੀਜ਼ ਮਿਲ ਗਈ, ਜੇ ਅਸੀਂ ਬੈਠੇ ਰਹਿੰਦੇ ਸਾਨੂੰ ਇਹ ਚੀਜ਼ਾਂ ਅੰਬ ਨਹੀਂ ਮਿਲਣੇ ਤੇ ਹੈਗੇ। ਇੱਦਾਂ ਵੀ ਸੰਘਰਸ਼ ਜਾਰੀ, ਦੇਖੋ ਮਿਹਨਤਾਂ ਨਾਲ ਮੁਕਾਮ ਹੁੰਦੇ ਸਾਰੇ। ਲੈ ਬਾਈ ਯਾਰ ਪਾਣੀ ਨਾ ਸਾਫ਼ ਭਰੀ ਯਾਰ, ਬਾਲਟੀ ਜਿਹਦੇ ਭਰਨਾ ਪਤੀਲੇ ਦੇ ਵਿੱਚ ਮੋਟਰ ਚਲਾ ਕੇ ਨਾ, ਜਾਂ ਐਂ ਕਰੀਓ ਖਾਲੀ ਉਹਨੂੰ ਕਰ ਲਾ ਯਾਰ, ਨਹੀਂ ਨਹੀਂ ਐਂ ਕਰ ਉਹ ਪਾਣੀ ਪਾ ਲਾ, ਉਹਨੂੰ ਨਵਾਂ ਭਰ ਲਿਆਉਂਗੇ ਯਾਰ। ਰਿੰਕੂ ਹੁਣ ਜਦ ਦੋਨੇ ਭਰ ਕੇ ਲਿਆਉਣੇ ਨਾ, ਇੱਕ ਵਾਰੀ ਸਰਫ ਨਾਲ ਧੋਣਾ ਯਾਰ ਉਹਨੂੰ, ਉਹਦੇ ਵਿੱਚ ਨਾ ਯਾਰ ਤੇਰਾ ਕੀ ਕਹਿੰਦੇ ਉਹਦੇ ਟੋਫੀਆਂ ਦੀ ਖੁਸ਼ਬੂ ਆਈ ਜਾ ਰਹੀ ਯਾਰ। ਲੈ ਭਾਈ ਅੱਜ ਦਾ ਸਾਡਾ ਲਾਈਵ ਵਾਲਾ ਮੈਨੂੰ ਵਧੀਆ ਵਧੀਆ ਦੇਤੇ ਭਾਈ ਜੀ ਨੇ ਕੱਢ ਕੇ, ਅਤੇ ਅੱਜ ਵਾਲਾ ਭਾਈ ਸਾਡਾ ਅੰਬੀਆਂ ਤੋੜ ਲੈਂਦੀ, ਹੁਣ ਬੈਠ ਕੇ ਅਸੀਂ ਖਾਂਦੇ ਹਾਂ ਅਤੇ ਝੂਲਾ ਕਿੱਥੇ ਆ, ਮੇਰਾ ਝੂਲਾ ਪਿਆ ਮੈਂ ਇੱਥੇ, ਮੈਂ ਝੂਲ ਪਾ ਲਵਾਂ। ਲੈ ਭਾਈ ਐਂ ਕਰ
ਦੋ ਪਾਟਾਂ 'ਚ ਵੰਡਾ। ਪਤਾ ਕੀ ਹੈ ਤੈਨੂੰ, ਮੈਂ ਤੁਹਾਨੂੰ ਦੱਸ ਦਿੰਦੀ, ਬਾਅਦ 'ਚ ਮਿੱਠੀਆਂ ਮਿੱਠੀਆਂ ਬਾਅਦ 'ਚ ਰੱਖ ਲਾ, ਪਹਿਲਾਂ ਖੱਟੀਆਂ ਖੱਟੀਆਂ ਖਾ ਲਓ। ਹੁਣ ਮੈਨੂੰ ਪਤਾ ਸਾਰੇ ਵਧੀਆ ਵਧੀਆ ਨੂੰ ਪੈਣਾ, ਖੱਟੀਆਂ ਖੱਟੀਆਂ ਰਹਿ ਜਾਣੀਆਂ, ਬਾਅਦ 'ਚ ਸਵਾਦ ਆਵੇ ਜਿਹੜਾ, ਸਮਝ ਗਿਆ ਕਹਿਣ ਦਾ ਭਾਵ। ਮੈਂ ਦੱਸ ਦਿੰਦੀ ਵਧੀਆ ਵਧੀਆ ਖੱਟੀ ਖਾ ਲਓ, ਮੈਂ ਤੁਹਾਨੂੰ ਦੱਸ ਦਾਂ ਕਿਹੜੀ ਕਿਹੜੀ, ਮੈਂ ਇੱਥੇ ਫੜ ਲਫਾਫਾ। ਫਿਰ ਪਾ ਲਾਂਗੇ ਪਾਣੀ 'ਚ, ਏਦਾਂ ਯਾਰ ਜਿਹਨੇ ਧੋਣੀ ਆਪੇ ਧੋ ਤੋ ਕੇ ਧੋਈ ਧੋਈ ਰਹਿਣ, ਤੂੰ ਨਾ ਮਲੀ ਜਾ। ਮੈਂ ਤਾਂ ਇਹਨੂੰ ਲਿਫਾਫਾ ਫੜ ਤੂੰ, ਆਹ ਫੜ ਮੈਂ ਤੁਹਾਨੂੰ ਦੱਸ ਵਧੀਆ ਵਧੀਆ ਪਾਉਂਦਾ ਇਹਦੇ ਵਿੱਚ ਮੈਂ। ਆਹ ਅੰਬੀ ਸਭ ਤੋਂ ਮਿੱਠੀ, ਆਹ ਅੰਬੀ ਸਭ ਤੋਂ ਮਿੱਠੀ, ਆਹ ਅੰਬੀ ਸਭ ਤੋਂ ਜ਼ਿਆਦਾ ਮਿੱਠੀ, ਆਹ ਖੱਟੀ, ਆਹ ਵੀ ਖੱਟੀ, ਆਹ ਵੀ ਖੱਟੀ, ਆਹ ਵੀ ਖੱਟੀ, ਆਹ ਵੀ ਖੱਟੀ, ਆਹ ਸਭ ਤੋਂ ਮਿੱਠੀ ਦਾਗਲ ਹੈ। ਆਹ ਵੀ ਵੈਸੇ ਮਿੱਠੀ ਹੋਊਗੀ, ਆਹ ਵੀ ਮਿੱਠੀ, ਆਹ ਵੀ ਖੱਟੀ ਹੋਊਗੀ, ਆਹ ਵੀ ਵੈਸੇ ਮਿੱਠੀ ਹੋਊਗੀ। ਤਰਿਆ ਮੈਂ ਤਰਿਆ ਨਹੀਂ ਜੀ, ਨਹੀਂ ਆ ਤਾਂ ਸਾਰੀਆਂ ਖੱਟੀਆਂ ਹੀ ਆ, ਇਹਨਾਂ ਪਲੰਬ ਝੱਟ ਇਹਨੂੰ ਰੱਖ ਲਾ, ਬਾਅਦ 'ਚ ਖਾਂਦੇ ਹਾਂ, ਠੀਕ ਆ ਬਈ। ਲੈ ਭਾਈ ਕਰੀਏ ਸ਼ੁਰੂਆਤ, ਮਿਲਦੇ ਹਾਂ ਬਾਅਦ 'ਚ, ਹੁਣ ਲਾਈਵ ਥੋੜ੍ਹਾ ਕੱਟ ਕਰਦੇ ਹਾਂ, ਖਾ ਕੇ ਮਿਲਦੇ ਹਾਂ। ਓਹੋ ਅੰਬੀ ਖਾਣ ਦਾ ਆਪਣੇ ਆਨੰਦ ਆ ਰਿਹਾ, ਬੜੀ ਟੇਸਟੀ ਆ। ਅੱਜ ਲਾਈਵ ਥੋੜ੍ਹਾ ਥੋੜ੍ਹਾ ਕੱਟ ਹੋ ਰਿਹਾ, ਇੱਕ ਤਰ੍ਹਾਂ ਦਾ ਬਲੌਗ ਹੀ ਬਣ ਰਿਹਾ ਅੱਜ, ਲਾਈਵ ਨਹੀਂ, ਮੈਂ ਕੱਟ ਨਹੀਂ ਕਰਦਾ ਹੁੰਦਾ ਲਾਈਵ ਦੇ ਵਿੱਚ। ਅੰਮ੍ਰਿਤ ਮਜ਼ਾ ਚੂਪ ਲਈ, ਫਿਰ ਕਰਦੇ ਗੱਲ। ਅੰਬੀਆਂ ਚੂਪ ਕੇ ਨਾ ਮਜ਼ਾ ਆ ਗਿਆ ਵੀ ਮਜ਼ਾ, ਅਤੇ ਕੀ ਕਹਿੰਦੇ ਹੁੰਦੇ ਆ, ਕਿਆ ਰੱਬ ਦੀ ਕੁਦਰਤ ਦੇ ਵਿੱਚ, ਅੰਬੀ ਦੇ ਵਿੱਚ ਮਿਠਾਸ, ਮਜ਼ਾ ਆ ਗਿਆ। ਲਓ ਭਾਈ ਇਹ ਚੱਲਿਆ ਕਿ ਆਇਆ ਭਈਆ, ਪਤਾ ਨਹੀਂ ਆਇਆ ਪਤਾ ਨਹੀਂ ਆਇਆ। ਅਤੇ ਅੱਜ ਦਾ ਆਪਾਂ ਲਾਈਵ ਸੈਸ਼ਨ ਬੰਦ ਕਰਦੇ ਹਾਂ, ਬਲੌਗ ਟਾਈਪ ਵੀ ਬਣ ਗਿਆ। ਧੰਨਵਾਦ।